ਔਰ ਸੋਬਿਹਲਾਹ ਨਸ਼ਤਾਨ ਰਜীম ਬਿਸਮਿਲਲਾਹ ਰਹਿਮਾਨ ਰਹੀਮ ਅੱਜ ਪਲਾਕ ਦੇ ਵਿੱਚ ਨਾਟਿਆ ਮਸ਼ਾਇਰੇ ਦੀ ਮਹਿਫਲ ਜਮੀ ਹੈ ਔਰ ਇਹਦੇ ਵਿੱਚ ਸਾਨੂੰ ਬੁਲਾਇਆ ਗਿਆ ਹੈ ਬੜੇ ਅਸੀਂ ਖੁਸ਼ਕਿਸਮਤ ਹੈ ਗਏ ਹਾਂ ਕਿ ਮਹਿਫਲੇ ਨਾਦ ਦੇਵੇ ਸ਼ਮੂਲੀਅਤ ਕਰ ਰਹੇ ਹਾਂ ਔਰ ਮੇਰਾ ਨਾਮ ਹਾਜੀ ਫਕੀਰ ਅਸਰ ਅਨਸਾਰੀ ਫੈਜ਼ਪੁਰੀ ਹੈ ਤੇ ਨਕਾਬਟ ਤੇ ਨਾਲ ਮੇਜ਼ਬਾਨੀ ਦੇ ਫਰੈਜ਼ ਮੈਨੂੰ ਹਟਾ ਕੀਤੇ ਗਏ ਨੇ ਮੇਰੇ ਨਾਲ ਕੁਝ ਮਾਰੂਫ ਸ਼ਾਇਰ ਤਸ਼ਰੀਫ ਲੈ ਆਏ ਨੇ ਉਹਨਾਂ ਦੇ ਨਾਮ ਹਨ ਜਨਾਬ ਆਰਫ ਪੱਟੀ ਸਾਹਿਬ ਜਨਾਬ ਮਲਕ ਮੁਹੰਮਦ ਅਨਵਰ ਅਰਾਈ ਸਾਹਿਬ ਔਰ ਜਨਾਬ ਅਰਸਲਾਨ ਅਤਹਰ ਸਾਹਿਬ ਜਨਾਬ ਹਾਜੀ ਡਾਕਟਰ ਹਬੀਬullah ਨਸਾਰ ਸਾਹਿਬ ਇਹਨਾਂ ਆਪਣੇ ਉਮਰ ਦੇ ਵਿੱਚ ਨਾਟਾਂ ਲਿਖੀਆਂ ਗਜ਼ਲਾਂ ਲਿਖੀਆਂ ਨਜ਼ਮਾਂ ਲਿਖੀਆਂ ਔਰ ਇਹਨਾਂ ਦੀਆਂ ਕਿਤਾਬਾਂ ਵੀ ਛਪੀਆਂ ਨੇ ਔਰ ਇਹ ਅੱਜ ਆਪਣਾ ਨਾਠਿਆ ਕਲਾਮ ਸੁਣਾ ਕੇ ਤੇ ਇਨਸ਼ਾਅੱਲਾ ਖੁਸ਼ ਹੋਣਗੇ ਢਾਡ ਭਾਨਗੇ ਆ ਇਹ ਆਰ ਪੱਟੀ ਸਾਹਿਬ ਜਿਹੜੇ ਨੇ ਇਹ ਬੁਰਜਾ ਟਾਰੀ ਤੋਂ تشریف ਲੈ ਆਏ ਨੇ ਔਰ ਉਥੇ ਘਰ ਦੇ ਵਿੱਚ ਮਸ਼ਹਰੇ ਵੀ ਕਰਾਉਂਦੇ ਨੇ ਕਿਤਾਬ ਵੀ ਇਹਨਾਂ ਦੀ ਇੱਕ ਛਪੀਏ ਉਹਦਾ ਨਾਮ ਹੈ ਅਨਵਾਰੇ ਰਹਿਮਤ और वो बिचों ही अपना कलाम सुना गे बिसमिल्ला शरीफ इन तो शुरू करने आर भट्टी साहब बिस्मिल्लाह शरीफ पढ़ो ते अपना कलाम सुनाओ बिलमिल पहले पढ़िए बिमिल बिमिल्ला कुंजीए हर बिगड़े कम सवार दें दी जड़ी बनेंगे उस दे ਹਰ ਸਫੇ ਤੇ ਪਹਿਲੇ ਬismillah ਜਿੰਨੂੰ ساری ਦੁਨੀਆ ਪੜਦੀ ਔਰ ਸਭੇ ਨਿਆਮਤਾ ਹੁੰਦੇ ਵਿੱਚ ਜਿਹੜੀ ਖਾਲੀ ਝੋਲੀਆਂ ਭਰਦੀ ਆ ਬismillah ਸ਼ਰੀਅਤ ਪੜੀ ਹੈ ਜੀ ਮਾਸ਼ਾਅੱਲਾ ਜਦੋਂ ਮੌਲਾ ਤੂੰ ਆਪਣਾ ਮਹਿਬੂਬ ਬਣਾਇਆ ਜਦੋਂ ਮੌਲਾ ਤੂੰ ਆਪਣਾ ਮਹਿਬੂਬ ਬਣਾਇਆ ਜ਼ਮੀ ਉਸਮਾਨ ਦੀਆਂ ਤਣਾਵਾਂ ਲਈਆਂ ਛੱਕੇ ਇਹ ਮੇਰਾ ਹਮਰਾਜ਼ ਨਬੀ ਏ ਇੰਦੇ ਵਿੱਚ ਨਹੀਂ ਕੋਈ ਮੇਰੀ ਵੇਥੇ ਦੋ ਜਹਾਨ ਦਾ ਇਹਨੂੰ ਦਿੱਤਾ ਹੈ ਰਤਬਾ ਨਹੀਂ ਛੱਡੀ ਹੋਰ ਕੋਈ ਸਿੱਖ ਕੇ ਆਰਫ ਉਦੋਂ ਕੋਈ ਚੀਜ਼ ਨਹੀਂ ਸੀ ਦੁਨੀਆ ਉੱਤੇ ਜਦੋਂ ਦਾ ਦਿੱਤਾ ਨਾਮ ਮੁਹੰਮਦ ਦਾ ਲੈ ਥੇ ਮਾਸ਼ਾਅੱਲਾ ਸ਼ੀਸ਼ਾ ਵੇਖ ਤੋਹੀਦ ਵਾਲਾ ਸ਼ੀਸ਼ਾ ਵੇਖ ਤੋਹੀਦ ਵਾਲਾ ਇੱਕ ਕੀਤਾ ਸੋਚ ਵਿਚਾਰ ਹੈ ਆਪਣੇ ਨੂਰ ਦੀਆਂ ਚਮਕਾਂ ਲੈ ਕੇ ਕੀਤਾ ਮਹਿਬੂਬ ਤਿਆਰ ਹੈ ਕਈ ਹਜ਼ਾਰ ਸਾਲ ਵਿੱਚ ਸਤਾਰੇ ਹੁੰਦਾ ਰਿਹਾ ਦੀਦਾਰ ਹੈ ਆਰਫ ਆਖਰ ਤੇ ਆਇਆ ਕੁੱਲ ਨਬੀਆਂ ਦਾ ਸਰਦਾਰ ਮਾਸ਼ਾਅੱਲਾ ਸੁਭਾਨ ਅੱਲਾ ਦੋ ਜਹਾਨ ਦਾ ਵਾਲੀ ਆਇਆ ਦੋ ਜਹਾਨ ਦਾ ਵਾਲੀ ਆਇਆ ਨਾਲ ਆਈਆਂ ਹੈਣ ਬਹਾਰਾਂ ਕਲੀਆਂ ਵੀ ਮਹਿਕ ਪਈਆਂ ਨਾਲ ਖੇੜ ਪਈਆਂ ਗੁਲਜ਼ਾਰਾਂ ਆਰਫ ਅਲੀਮਾ ਦੇ ਬਾਗ ਜਾਗੇ ਜਦੋਂ ਡਾਚੀ ਦੀਆਂ ਲਈਆਂ ਫਲ ਮੁਹਾਰਾਂ ਮਾਸ਼ਾਅੱਲਾ ਜੀ ਇਹ ਜੀ ਆਰਫ ਪੱਟੀ ਸਾਹਿਬ ਆਪਣਾ ਕਲਾਮ ਸੁਣਾ ਰਹੇ ਹਨ ਔਰ ਇਹਨਾਂ ਅਨਵਾਰੇ ਰਾਮਟ ਆਪਣੀ ਕਿਤਾਬ ਦੇ ਵਿੱਚੋਂ ਪੜ੍ਹਿਆ ਹੈ ਤੇ ਅੱਲਾਹ ਤਾਲਾ ਇਹਨਾਂ ਨੂੰ ਹੋਰ ਲਿਖਣ ਦੀ ਤੋਫੀਕ ਦੇਵੇ ਹੁਣ ਸਾਡੇ ਹੋਰ ਜਿਹੜੇ ਸ਼ਾਇਰ ਹੈਗੇ ਨੇ ਉਹਨਾਂ ਨੂੰ ਵੀ ਮੌਕਾ ਦੇਣਾ ਆ ਪੜਨ ਦਾ ਹਾਜੀ ਡਾਕਟਰ ਹਬੀਬullah ਅਨਸਾਰ ਸਾਹਿਬ ਦਾ ਬੜਾ ਮਕਾਮ ਹੈ ਇਹਨਾਂ ਦਾ ਖਾਨਦਾਨ ਜਿਹੜਾ ਹੈ ਸ਼ਾਇਰਾਂ ਦਾ ਵੀ ਖਾਨਦਾਨ ਹੈ ਆਲਮਾ ਫਾਜ਼ਲਾਂ ਦਾ ਵੀ ਇਹਨਾਂ ਦੇ ਵਾਲਦ ਦੀ ਕਿਤਾਬ ਛਪੀ ਹੈ ਹਾਜੀ ਮੁਹੰਮਦ ਸ਼ਦੀਕ ਰਾਮ ਤੁਲਾ ਲੈ ਦੀ ਤੇ ਆਪ ਵੀ ਇਹ ਸ਼ਾਇਰੀ ਕਰਦੇ ਨੇ ਡਾਕਟਰ ਹਬੀਬullah ਅਨਸਾਰ ਸਾਹਿਬ ਆਪਣਾ ਕਲਾਮ ਪੇਸ਼ ਕਰਦੇ ਨੇ व्लाम बज़ूर शहदाय करबला करबला दे शाह सवारो अम बाग जहरा दी बहारो करबला दे शाहवार ਬਾਗ ਜ਼ਹਰਾ ਦੀ ਬਹਾਰੋ ਅਸਲਾਮ ਕਰ ਦਿੱਤੇ 72 ਤਨ ਤੁਸਾਂ ਨਸਾਰ ਜ਼ੈਨਬ ਦੀ ਅੱਖ ਦੇ ਤਾਰੋ ਸਲਾਮ ਕਰ ਦਿੱਤੇ 72 ਤਨ ਤੁਸਾਂ ਨਸਾਰ ਜ਼ੈਨਬ ਦੀ ਅੱਖ ਦੇ ਤਾਰੋ ਸਲਾਮ ਲਾਜ ਰਖੀ ਨਾਨੇ ਦੇ دین ਦੀ ਤੁਸਾਂ دین ਹੱਕ ਦੇ ਜਾਨ ਨਸਾਰੋ ਸਲਾਮ ਲਾਜ ਰਖੀ ਨਾਨੇ ਦੇ دین ਦੀ ਤੁਸਾਂ ਦੀਨ ਦੇ ਹੱਕ ਦੇ ਜਾਨ ਸਾਰੋ ਅਸਲਾਮ ਇਸਲਾਮ ਦੇ ਗੁਲਸ਼ਨ ਨੂੰ ਆਬਾਦ ਕੀਤਾ ਮਦਨੀ ਦੇ ਤਾਜਦਾਰੋ ਅਸਲਾਮ ਇਸਲਾਮ ਦੇ ਗੁਲਸ਼ਨ ਨੂੰ ਆਬਾਦ ਕੀਤਾ ਸੁਭਾਨ ਅੱਲਾ ਸੁਭਾਨ ਇਸਲਾਮ ਦੇ ਗੁਲਸ਼ਨ ਨੂੰ ਆਬਾਦ ਕੀਤਾ ਮਦਨੀ ਦੇ ਤਾਜਦਾਰੋ ਅਸਲਾਮ ਰੋ ਰੋ ਕੇ ਕਹਿੰਦੀ ਸੀ ਨਹਿਰ ਫਰਾਤ ਵਾਹ ਵਾਹ ਰੋ ਰੋ ਕੇ ਕਹਿੰਦੀ ਸੀ ਨਹਿਰ ਫਰਾਤ ਖੂਨ ਵਿੱਚ ਡੁੱਬੇ ਨਸਾਰੋ ਅਸਲਾਮ ਖੂਨ ਵਿੱਚ ਡੁੱਬੇ ਨਸਾਰੋ ਅਸਲਾਮ ਭੁੱਖੇ ਪਿਆਸੇ ਹੋ ਗਏ ਕੁਰਬਾਨ ਸਾਰੇ ਫਾਤਿਮਾ ਦੇ ਰਾਜ ਦਲਾਰੋ ਅਸਲਾਮ ਭੁੱਖੇ ਪਿਆਸੇ ਹੋ ਗਏ ਕੁਰਬਾਨ ਸਾਰੇ ਫਾਤਿਮਾ ਦੇ ਰਾਜ ਦਲਾਰੋ ਅਸਲਾਮ ਕਹਿੰਦੀ ਪਈਏ ਹਦਰ ਦੀ ਤਲਵਾਰ ਅਲੀ ਦੇ ਸ਼ਾਹਕਾਰੋ ਅਸਲਾਮ ਹਿੰਦੀ ਪਈਏ ਹیدر ਦੀ ਤਲਵਾਰ ਐ ਅਲੀ ਦੇ ਸ਼ਾਹਕਾਰੋ ਅਸਲਾਮ ਕਰਬਲਾ ਕਹਿੰਦੇ ਨੇ ਜਿੰਨੂੰ ਅਹਲੇ ਗਮ ਕਰਬਲਾ ਕਹਿੰਦੇ ਨੇ ਜਿੰਨੂੰ ਅਹਲੇ ਗਮ ਉਸ ਮਿੱਟੀ ਦੇ ਮਹਪਾਰੋ ਅਸਲਾਮ ਸੁਭਾਨ ਅੱਲਾ ਸੁਭਾਨ ਅੱਲਾ ਸੁਭਾਨ ਕਰਬਲਾ ਕਹਿੰਦੇ ਨੇ ਜਿੰਨੂੰ ਅਹਲੇ ਗਮ ਉਸ ਮਿੱਟੀ ਦੇ ਮਹਪਾਰੋ ਅਸਲਾਮ ਅਕਬਰ ਦੇ ਲਾਸ਼ੇ ਨੂੰ ਦਿੱਤੀ ਇੱਜ਼ਤ अकबर दे लाशे दित्ती इज्जत कर करबला द रे गारो असलाम अकबर दाशे नू दित्ती इज्जत करबला द रे गारो असलाम मरहबा आले मोहम्मद मरहबा औौलाद अली मरहबा आले अहमद मरहबा औौला शहादत दे तलब गारो असलाम ए शहादत दे तलब गारो असलाम ਨਸਾਰ ਰੋ ਰੋ ਕੇ ਕਹਿੰਦਾ ਏ ਨਸਾਰ ਰੋ ਰੋ ਕੇ ਕਹਿੰਦਾ ਏ ਐ ਜੰਨਤ ਦੇ ਸਰਦਾਰੋ ਅਸਲਾਮ ਨਸਾਰ ਰੋ ਰੋ ਕੇ ਕਹਿੰਦਾ ਏ ਐ ਜੰਨਤ ਦੇ ਸਰਦਾਰੋ ਅਸਲਾਮ ਇਹ ਸੰਜੀ ਹਾਜੀ ਡਾਕਟਰ ਹਬੀਬullah ਨਸਾਰ ਸਾਹਿਬ ਔਰ ਇਹ ਗਾਫੀਪੁਰ ਤੋਂ ਤਸ਼ਰੀਫ ਲਿਆਏ ਨੇ ਸ਼ਰਕਪੁਰ ਸ਼ਰੀਫ ਦੇ ਕੋਲ ਇੱਕ ਪਿੰਡ ਹੈ ਉਠੋ ਆਏ ਨੇ ਔਰ ਇਸ ਮਹਿਫਲ ਦੀ ਰੌਣਕ ਬਣੇ ਨੇ ਅੱਜ और अलावा तो तो। ये अलावा इन तो अरसलान अतहर साहब आए हैं शरकपुर शरीफ तो इन दिताब छपी है कि ना है जी रहमत दे दरिया कलामे अतहर है जी किताब इन्ह दी और पढ़ देने इना दी एक ये दफ दे उत्ते नात पढ़ते ने इन दजम है गई है आ कोई चार रल मिल के नात खां महफल सजाते हैं और ये पढ़ के महफलों के रौनक बढ़ाते हैं तो नाले अपना कारोबार चला के, के अपना जरिया माश करके अपना टब्बर भी पालने अपना शौक भी पूरा करते हैं आज किस पुरवकार महफिलत में मैं हजूर अक्रम सला वसलम के पाकाल के बारे में मैंने पंजाबी में कलाम लिखा हुआ आपके समातों की नज़र करूँगा कि नबीद हुसनों जमाल दी है Earth. एक गल नबी जी दाल दी <गे>। नबी दे हुसनो जमाल दी एक गल नबी जी दल दीए हुसैन जय लज्जपाल दी एक गल नबी जी दल दीए मैं गल डसाव ई ईमान वाली हदीस वाली।, वाली।, वाली, वाली कुरान वाली मैं गल डसाव ई ईमान वाली हदीस वाली कुरान वाली शबीर हस्ती कमाल दी ये गल नबी जी दी आल दी ये यजीद कल सी हुसैन अज दीन इस्लाम दी जो दुलाज तो यजीद कल सी हुसैन अजे दीन इस्लाम दी जो गल माज़ी न हाल दी ये गल नबी जी दी आल दी ये तो और नबी दे पुत्र गल दसाव जे आखें तेनों कुरान सुनाव ਨਬੀ ਦੇ ਪੁੱਤਰ ਦੀ ਗੱਲ ਦਸਾਵਾਂ ਜੇ ਆਖੇ ਤੈਨੂੰ ਕੁਰਾਨ ਸੁਣਾਵਾਂ ਇਨ نسل نسلਾਂ ਨੂੰ ਪਾਲਦੀ ਏ ਇਹ ਗੱਲ ਨਬੀ ਜੀ ਦੀ ਆਲ ਦੀ ਏ ਔਰ ਉਹ ਕਰਬਲਾ ਵਿੱਚ ਹੁਸੈਨ ਦਿੱਤੇ ਜਵਾਬ ਜ਼ਹਰਾ ਦੇ ਚੈਨ ਦਿੱਤੇ ਉਹ ਕਰਬਲਾ ਵਿੱਚ ਹੁਸੈਨ ਦਿੱਤੇ ਜਵਾਬ ਜ਼ਹਰਾ ਦੇ ਚੈਨ ਦਿੱਤੇ ਮਜਾਲ ਕੀ ਫਿਰ ਸਵਾਲ ਦੀ ਏ ਇਹ ਗੱਲ ਨਬੀ ਜੀ ਦੀ ਆਲ ਦੀ ਏ ਇਹ ਗੱਲ ਨਬੀ ਜੀ ਦੀ ਆਲ ਦੀ ਏ ਔਰ ਨਹੀਂ ਸੀ ਮਜਬੂਰ ਮੇਰਾ ਮੌਲਾ ਇਹ ਬੈਤ ਦਾ ਵੀ ਤੇ ਨਹੀਂ ਸੀ ਰੋਲਾ ਨਹੀਂ ਸੀ ਮਜਬੂਰ ਮੇਰਾ ਮੌਲਾ ਇਹ ਬੈਤ ਦਾ ਵੀ ਤੇ ਨਹੀਂ ਸੀ ਰੋਲਾ ਇਹ ਸੋਚ ਨਾਕਸ ਖਿਆਲ ਦੀ ਏ ਇਹ ਗੱਲ ਨਬੀ ਜੀ ਦੀ ਆਲ ਦੀ ਏ ਕੁਰਾਨ ਪੜ ਕੇ ਮਲਕ ਸਾਹਿਬ ਕੁਰਾਨ ਪੜ ਕੇ ਤੇ ਫੈਸਲਾ ਕਰ ਹੈ ਨੂਰ ਸਾਰਾ ਮੁਹੰਮਦੀ ਘਰ कुरान पढ़ के ते फैसला कर है नूर सारा मुहम्मदी घर ई शान रब जुल जलाल दी ये तो गल नबी जी दल दी, दी और इस कलाम का मैं मकता लिखा लपाक दे, दे, दे करमनवाजी के नाल के अली दे पुत्रां मैं हौकर जमाना कह दाए मैनू अतहर अली के पुत्रां मैं हौकर जमाना कह दाए मैनू अतहर ए नज़र जहरा दिल दी है गल नबी जी दी आल दी ये गल नबी जी दी आल दी है अली दे पुत्रा मैं हाँ नौकर अली दे पुत्रा का मैं हाँ नौकर जमाना कहता है मैनू अतहर ए नज़र जहरा दलाल दी है ਇਹ ਗੱਲ ਨਬੀ ਜੀ ਦੀ ਆਲਦੀ ਹੈ ਔਰ ਜਿਸ ਤਰ੍ਹਾਂ ਕਿ ਮੈਨੂੰ ਹੁਕਮ ਹੋਇਆ ਸੀ ਕਿ ਇੱਕ ਕਲਾਮ ਮਨਕਬਤ ਦਾ ਔਰ ਉਸ ਤੋਂ ਬਾਅਦ ਇੱਕ ਮੇਰੀ ਗਜ਼ਲ ਉਹ ਮੈਂ ਤੁਹਾਡੀਆਂ ਸਮਾਤਾਂ ਦੇ ਨਜ਼ਰ ਕਰਾਂਗਾ ਕਿ ਚੱਲ ਦੁਨੀਆ ਤੋਂ ਦੂਰ ਮੁਹੱਬਤ ਚੱਲ ਹੋ ਕੇ ਇਸ਼ਕ ਚੂਰ ਮੁਹੱਬਤ ਚੱਲ ਚੱਲ ਦੁਨੀਆ ਤੋਂ ਦੂਰ ਮੁਹੱਬਤ ਚੱਲ ਹੋ ਕੇ ਇਸ਼ਕ ਚੂਰ ਮੁਹੱਬਤ ਚੱਲ ਕਿਸੇ ਨੂੰ ਆਪਣਾ ਕਹਿਣਾ ਛੱਡ ਦੇ ਯਾਦਾਂ ਦੇ ਵਿੱਚ ਰਹਿਣਾ ਛੱਡ ਦੇ ਕਿਸੇ ਨੂੰ ਆਪਣਾ ਕਹਿਣਾ ਛੱਡ ਦੇ ਯਾਦਾਂ ਦੇ ਵਿੱਚ ਰਹਿਣਾ ਛੱਡ ਦੇ ਜਜ਼ਬੇ ਲੈ ਭਰਪੂਰ ਮੁਹੱਬਤ ਚੱਲ ਚੱਲ ਦੁਨੀਆਂ ਤੋਂ ਦੂਰ ਮੁਹੱਬਤ ਚੱਲ ਔਰ ਰੁੱਸੇ ਸੱਜਣ ਨਿਤ ਮਨਾਈਏ ਆ ਹੁਣ ਦਿਲ ਨਾਲ ਦਿਲ ਵਟਾਈਏ ਇਹ ਰੁੱਸੇ ਸੱਜਣ ਨਿਤ ਮਨਾਈਏ ਆ ਹੁਣ ਦਿਲ ਨਾਲ ਦਿਲ ਵਟਾਈਏ ਜਜ਼ਬੇ ਲੈ ਭਰਪੂਰ ਮੁਹੱਬਤ ਚੱਲ ਚੱਲ ਦੁਨੀਆ ਤੋਂ ਦੂਰ ਮੁਹੱਬਤ ਚੱਲ ਔਰ ਇਹਦਾ ਬੜਾ ਹੀ ਖੂਬਸੂਰਤ ਸ਼ੇਰ ਇਸ ਗਜ਼ਲ ਦਾ ਤੁਹਾਡੀਆਂ ਸਮਾਤਾਂ ਦੇ ਨਜ਼ਰ ਕਰਾਂਗਾ ਕਿ ਜੋ ਬੋਣਾ ਹੈ ਜੋ ਵੜਨਾ ਜੋ ਬੀਜਣਾ ਹੈ ਬੋਣਾ ਹੈ ਜੋ ਵੜਨਾ ਉਹ ਵੜਨਾ ਜੋ ਬੋਣਾ ਹੈ ਅਤਹਰ ਸਭ ਕੁਝ ਵੱਲ ਹੋਣਾ ਹੈ ਜੋ ਵੜਨਾ ਉਹ ਵੜਨਾ ਜੋ ਬੋਣਾ ਹੈ ਅਤਹਰ ਸਭ ਕੁਝ ਵੱਲ ਹੋਣਾ ਹੈ ਜੋ ਰੱਬ ਨੂੰ ਮਨਜ਼ੂਰ ਮੁਹੱਬਤ ਚੱਲ ਚੱਲ ਦੁਨੀਆਂ ਤੋਂ ਦੂਰ ਮੁਹੱਬਤ ਚੱਲ ਬਹੁਤ ਸ਼ੁਕਰੀਆ ਵਸਲਾਮ ਤੇ ਸਾਡੇ ਕੋਲ ਐ ਅਸਲੇ ਮਲਕ ਦੇ ਬੜੇ ਨਾਮ ਵਰ ਸ਼ਾਇਰ ਰਕਨੀਆਂ ਕਿਤਾਬਾਂ ਇਹਨਾਂ ਲਿਖੀਆਂ ਨੇ ਮਲਕ ਮੁਹੰਮਦ ਅਨਵਰ ਅਰਾਹੀ ਸਾਹਿਬ ਔਰ ਅੱਲਾਹ ਪਾਕ ਨੇ ਇਹਨਾਂ ਨੂੰ ਮੁਹੱਬਤ ਦਿੱਤੀ ਏ ਅੱਲਾਹ ਪਾਕ ਨੇ ਇਹਨਾਂ ਨੂੰ ਤੋਫੀਕ ਦਿੱਤੀ ਏ ਕਿ ਸ਼ਰਕਪੁਰ ਸ਼ਰੀਫ ਦੇ ਵਿੱਚ ਬਲਦੀਆ ਟਾਊਨ ਦੇ ਵਿੱਚ ਆਪ ਮਹਿਫਲਾਂ ਕਰਾਉਂਦੇ ਨੇ ਔਰ 13 ਸਾਲ ਤੋਂ ਲੈ ਕੇ ਤੇ ਹੁਣ ਤੱਕ ਹਰ ਜੁਮੇ ਵਾਲੇ ਦਿਨ ਸਵੇਰ ਜਿਹੜੇ ਅਮਲਾ ਆਉਂਦਾ ਹੈ ਤੇ ਦਫ਼ਤਰ ਦੇ ਵਿੱਚ ਸਾਰੇ ਕੁਰਸੀਆਂ ਦੇ ਬੈਠ ਜਾਂਦੇ ਨੇ ਤੇ ਤਲਾਵਤ ਤੋਂ ਬਾਅਦ ਹਜ਼ੂਰ ਪਾਕ ਸੱਲੱਲਾਹ ਅਲੈਹ ਵਾਲੀ ਵਸੱਲਮ ਦੀਆਂ ਨਾਤਾਂ ਪੜੀਆਂ ਜਾਂਦੀਆਂ ਨੇ ਕੌਮ ਤੇ ਮੁਲਕ ਲਈ ਦੁਆਵਾਂ ਕਰਦੇ ਨੇ ਫਿਰ ਅਖੀਰ ਦੇ ਉੱਤੇ ਜਿਹੜਾ ਲੰਗਰ ਚੱਲਦਾ ਹੈ ਉਹ ਵੀ ਜਾਰੀ ਹੈ 13 ਸਾਲਾਂ ਤੋਂ ਵਾਨਸਮਨ ਨਾਲ ਲੰਗਰ ਪਕਾਉਂਦੇ ਨੇ ਖਾਉਂਦੇ ਨੇ ਔਰ ਸੁਣਨ ਵਾਲਿਆਂ ਦੀਆਂ ਇਹ ਬੜੀਆਂ ਇਸ਼ਤਾਂ ਕਰਦੇ ਨੇ ਮਲਕ ਮੁਹੰਮਦ ਅਨਵਰ ਅਰਾਹੀ ਸਾਹਿਬ ਆਪਣਾ ਕਲਾਮ ਅਦਾ ਕਰਦੇ ਬਿਸਮਿਲ੍ਲਾ ਰਹਿਮਾਨ ਰਹਿੀਮ ਅਸਲਾਮੁਅਲੈਕਮ ਵਾਲੇਕੁਮ ਅਸਲਾਮ ਇਹ ਮੈਂ ਆਪਣੀ ਤੀਸਰੀ ਕਿਤਾਬ ਆਕਾ ਦੀ ਮਹਿਫਲ ਗਰੀਬਾਂ ਦੇ ਵਿੜੇ ਵਿੱਚੋਂ ਇੱਕ ਨਾਤ ਤੁਹਾਡੀ ਨਜ਼ਰ ਕਰਨਾ ਖੁਦ ਹੌਣ ਲੱਗੇ ਇਹ ਪਹਿਲੀਆਂ ਖੇੜੀਆਂ ਕਿਤਾਬਾਂ ਨੇ ਤੁਹਾਡੀਆਂ ਨੂਰੀ ਲਾਟਾਂ ਮੀਨੇ ਮਦੀਨੇ ਦੀਆਂ ਸਦਰਾਂ ਸੀ ਹਰਫੀ ਤੇ ਇਹ ਸੀ ਹਰਫੀ ਨੂਰੀ ਲਾਟਾਂ ਹੂੰ ਜੀ ਜੀ ਤੇ ਦੀਦ ਸੋਨੇ ਦੀ ਹਾਂਜੀ ਇਹਨਾਂ ਤੇ ਮੈਂ ਅਵਾਰਡ ਵੀ ਦਿੱਤੇ ਹਾਂਜੀ ਔਰ ਮੇਰੇ ਤੇ ਅੱਲਾ ਦਾ ਸ਼ੁਕਰ ਹੈ ਕਿ ਐਮਫਲ ਵੀ ਹੋ ਗਿਆ ਮਾਸ਼ਾਅੱਲਾ ਅੱਛਾ ਜੀ ਬਿਸਮਿਲ੍ਲਾ ਨਬੀਆਂ ਦਾ ਸੁਲਤਾਨ ਮਦੀਨੇ ਖਲਕਤ ਜਾਂਦੀ ਤਾਂ ਮਦੀਨੇ ਮਾਸ਼ਾਅੱਲਾ ਨਬੀਆਂ ਦਾ ਸੁਲਤਾਨ ਮਦੀਨੇ ਖਲਕਤ ਜਾਂਦੀ ਤਾਂ ਮਦੀਨੇ ਕਾਬੇ ਦਾ ਜਿੱਥੇ ਕਾਬਾ ਯਾਰੋ ਉਹਏ ਯਾਰੋ ਥਾ ਮਦੀਨੇ ਸੁਭਾਨ ਅਜ਼ਮਤ ਉਹਦੀ ਨੂੰ ਕਰੋ ਸਲਾਮਾ نازل ਹੋਇਆ ਕੁਰਾਨ ਮਦੀਨੇ ਉਹ منظر ਨੇ ਦੀਦ ਤੇ ਕਾਬਲ ਰਾਤ ਹੁੰਦੀ ਏ ਜਾਂ ਮਦੀਨੇ ਸੁਬਾਨ ਅੱਲ੍ਹਾ ਨਾਂ ਦਾ ਜਿੱਥੇ ਨਹੀਂ ਤਸਵਰ ਵਾ 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 ਨਾਂ ਦਾ ਜਿੱਥੇ ਨਹੀਂ ਤਸਵਰ ਹਾਂ ਹੀ ਹਾਂ ਬਸ ਹਾਂ ਮਦੀਨੇ ਮੁਕਰਰ 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 ਨਾਂ ਦਾ ਜਿੱਥੇ ਨਹੀਂ ਤਸਵਰ ਹਾਂ ਹੀ ਹਾਂ ਬਸ ਹਾਂ ਮਦੀਨੇ ਵਾਹ ਰਹਿੰਦੀਆਂ ਉੱਥੇ ਸਦਾ ਬਹਾਰਾਂ ਆਉਂਦੀ ਨਹੀਂ ਖਜ਼ਾਂ ਮਦੀਨੇ ਵਾਹ ਬਿਨ ਮੰਗਿਆਂ ਉਥੇ ਸਭ ਕੁਝ ਮਿਲਦਾ ਵਾਹ ਵਾਹ ਬਿਨ ਮੰਗਿਆਂ ਉਥੇ ਸਭ ਕੁਝ ਮਿਲਦਾ ਹੁੰਦੀ ਨਹੀਂ ਬਸ ਨਾ ਮਦੀਨੇ ਵਾਹ 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 ਨਾ ਲਦਬ ਦੇ ਅੱਖ ਨਾ ਚੁਕੀ ਨਾ ਲਦਬ ਦੇ ਅੱਖ ਨਾ ਚੁਕੀ ਰਦਿਆਂ ਜਾਵੇਂ ਮਤਾ ਮਦੀਨੇ ਵਾਹ ਹਰ ਕੋਈ ਆ ਕੇ ਇਹੋ ਜਾਂਦਾ ਚੰਗਾ ਸੀ ਜਦ ਸਾ ਮਦੀਨੇ ਵਾਹ 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 ਮੇਰਾ ਵੀ ਹੁਣ ਦਿਲ ਕਰਦਾ ਏ ਜਾ ਕੇ ਮੈਂ ਵੀ ਰਾ ਮਦੀਨੇ ਜੋ ਜੋ ਬੀਤੀ ਨਾਲੇ ਮੇਰੇ ਸੋਹਣੇ ਨੂੰ ਮੈਂ ਸੁਨਾ ਮਦੀਨੇ ਇਹੋ ਮੇਰੇ ਦਿਲ ਦੀ ਹਸਰਤ ਆਪਣੇ ਗੁਨਾਹ ਬਖਸ਼ਾ ਮਦੀਨੇ ਆਵੇ ਮੌਤ ਪਈ ਜਮ ਜਮ ਆਵੇ ਜਾਲੀ ਤੇ ਸੀਨੇ ਲਾ ਮਦੀਨੇ ਜਾ ਕੇ ਸ਼ਹਿਰ ਮਦੀਨੇ ਅਨਵਰ ਰੱਬ ਦਾ ਸ਼ੁਕਰ ਮਨਾ ਮਦੀਨੇ ਮਾਸ਼ਾਅੱਲਾ ਨਬੀਆਂ ਦਾ ਸੁਲਤਾਨ ਮਦੀਨੇ ਖਲਕਤ ਜਾਂਦੀ ਤਾਮਦੀਨੇ ਵਾ ਵਾਹ ਸੁਭਾਨ ਇੱਕ ਗਜ਼ਲ ਤੁਹਾਡੀ ਨਜ਼ਰ ਕਰਨਾ ਚਾਹਨਾ ਜੀ ਬismillah ਕਿ ਕਿਸੇ ਨੂੰ ਕੀ ਸੁਨਾਵਾ ਦੁੱਖ ਵੇ ਆਪਣੇ ਆਪ ਲੁਕਾਵਾ ਦੁੱਖ ਅਗਲ ਵਾਂਡੀ ਮਿਲਦੇ ਮੈਨੂੰ ਜਿੱਧਰ ਜਿੱਧਰ ਜਾਵਾ ਦੁੱਖ ਵਾਹ 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 ਗਿਲਾ ਇਨਾ ਦਾ ਕਰ ਨਹੀਂ ਸਕਦਾ ਵਾਹ ਗਿਲਾ ਇਨਾ ਦਾ ਕਰ ਨਹੀਂ ਸਕਦਾ ਕਰਦੇ ਪੈ ਵਫਾਵਾਂ ਦੁੱਖ ਵਾਹ ਇਨਾ ਮੇਰਾ ਸਾਥ ਨਭਾਇਆ ਵਾਹ ਇਨਾ ਮੇਰਾ ਸਾਥ ਨਭਾਇਆ ਮੈਂ ਕਿਉਂ ਫੇਰ ਭੁਲਾਵਾ ਦੁੱਖ ਵਾਹ ਵਾਹ ਇਨਾ ਮੇਰਾ ਸਾਥ ਨਭਾਇਆ ਮੈਂ ਕਿਉਂ ਫੇਰ ਭੁਲਾਵਾ ਦੁੱਖ ਰੱਬ ਦੀ ਰਜ਼ਾ ਵਿੱਚ ਮੈਂ ਆਂ ਰਾਜ਼ੀ ਵਾਹ ਵਾਹ ਰੱਬ ਦੀ ਰਜ਼ਾ ਵਿੱਚ ਮੈਂ ਆਂ ਰਾਜ਼ੀ ਲੋਕੀ ਕਹਿਨ ਸਜ਼ਾਵਾਂ ਦੁੱਖ ਕਮਾਲ ਅਨਵਰ ਅਨਵਰ ਅੱਲਾ ਤੇਰੇ ਦਿਨ ਬਦਲੇਗਾ ਇਨਸ਼ਾ ਅਨਵਰ ਅੱਲਾ ਤੇਰੇ ਦਿਨ ਬਦਲੇਵਾ ਕਰਦੇ ਪੈ ਦੁਆਵਾਂ ਦੁੱਖ ਕਿਸੇ ਨੂੰ ਕੀ ਸੁਣਾਵਾਂ ਦੁੱਖ ਮਕਤਾ ਮਕਤਾ ਅਨਵਰ ਅੱਲਾ ਤੇਰੇ ਦਿਨ ਬਦਲੇਗਾ ਕਰਦੇ ਪੈ ਦੁਆਵਾਂ ਦੁੱਖ ਕਿਸੇ ਨੂੰ ਕੀ ਸੁਣਾਵਾਂ ਦੁੱਖ ਪੈ ਆਪਣੇ ਆਪ ਲੁਕਾਵਾਂ ਦੁੱਖ ਮਲਕ ਮੁਹੰਮਦ ਅਨਵਰ ਅਰਾਈ ਸਾਹਿਬ ਆਪਣਾ ਕਲਾਮ ਸੁਣਾ ਰਹੇ ਹਨ ਤੇ ਹੁਣ ਅਖੀਰ ਤੇ ਮੇਰੀ ਵਾਰੀ ਹੈ ਜੀ ਤੇ ਇਹ ਜਿਹੜੇ ਸ਼ਹਿਰ ਆਏ ਨੇ ਨੌਜਵਾਨ ਨੇ ਸਾਰੇ ਮੈਂ ਇਹਨਾਂ ਦੇ ਬੁੱਢਾ ਹੈ ਗਾਵਾਂ ਤੇ ਮੈਂ ਬਸ ਹਾਜ਼ਰੀ ਲਵਾਉਣ ਲਈ ਕੋਈ ਦੋ ਚਾਰ ਸ਼ੇਰ ਪੜ ਲੈਣਾ ਔਰ ਪੱਟੀ ਸਾਹਿਬ ਆਏ ਨੇ ਬੁਰਜਟਾਰੀ ਤੋਂ ਡਾਕਟਰ 하지 ਹਬੀਬullah ਅਨਸਾਰ ਗਾਜੀਪੁਰ ਤੋਂ ਔਰ ਅਰਸलान ਅਤੇ ਹਰਸ਼ਰਖਪੁਰ ਸ਼ਰੀਫ ਤੋਂ ਤੇ ਮਲਕ ਮੁਹੰਮਦ ਅਨਵਰ ਸਾਹਿਬ ਇਹ ਵੀ ਬਲਦੀਆ ਟਾਊਨ ਸ਼ਰਖਪੁਰ ਸ਼ਰੀਫ ਤੋਂ ਆਏ ਨੇ ਤੇ ਮੈਂ ਇਹਨਾਂ ਦੇ ਕੋਲ ਆ ਫੈਜ਼ਪੁਰੀ 하지 ਫਕੀਰ ਅਸਰ ਅਨਸਾਰੀ ਫੈਜ਼ਪੁਰੀ ਤੇ ਕਿਉਂਕਿ ਮੈਂ ਬਡੇਰਾਵਾਂ ਨਾਲ ਇਹਨਾਂ ਦੇ ਆ ਗਿਆ ਹਿੰਮਤ ਕਰਕੇ ਇਹ ਨਾਟਾਂ ਜਿਹੜੀਆਂ ਨੇ ਪੜੀਆਂ ਨੇ ਬੰਡੀਆਂ ਸੋਹਣੀਆਂ ਨੇ ਮਹਿਫਿਲ ਸਜ ਗਈ ਏ ਹਾਰਦੀ ਲਵਾਨ ਲਈ ਇੱਕ ਸ਼ੇਰ ਮੈਂ ਹਮਦੀਆ ਪੜਨਾ ਸ਼ੇਰ ਇਹ ਹੈ ਕਿ ਲੈ ਕੇ ਤਹਿਤੁ ਸਰਾ ਤੋਂ ਅਰਸ਼ ਦੀਕਰ ਲੈ ਕੇ ਤਹਿਤੁ ਸਰਾ ਤੋਂ ਅਰਸ਼ ਦੀਕਰ ਹਰ ਸ਼ੈ ਵੀ ਤੇਰੇ ਅਸrar ਜਾਪਣ ਸੁਬਾਨ ਅੱਲਾ ਸੁਬਾਨ ਅੱਲਾ ਸੋਹਰੇ ਸੋਹਰੇ ਚੰਨ ਤਾਰੇ ਕਹਿਕ ਸ਼ਾਨਦਾਰ ਡਲ ਕਾ ਉਮਾਰਲੇ ਤੇਰੇ ਅਨਵਾਰ ਜਾਪਨ ਆ ਵਕਤ ਦਾ ਟਕਾਦਾ ਏ ਹੁਣ ਮੈਂ ਇੱਕ ਆਪਣੀ ਪੰਜਾਬੀ ਨਾਚਿਆ ਰਵਾਈ ਪੇਸ਼ ਕਰਕੇ ਆਜ਼ਦੀ ਲਵਾਨਾ ਸ਼ੇਰ ਹੈਗਾ ਕਿ ਇਕੱਠੇ ਕਰ ਜਹਾਨ ਦੇ ਨੂਰ ਸਾਰੇ ਇਕੱਠੇ ਕਰ ਜਹਾਨ ਦੇ ਨੂਰ ਸਾਰੇ ਬਾਰਾ ਨੂਰ ਮਦਨੀ ਦੇ ਅਨਵਾਰ ਤੋਂ ਸਬੇ ਸਦਕ ਸਦਾਕਤਾਂ ਵਾਰ ਦੇਵਾਂ ਰਾਹ ਨਮਾ ਅਮੀਨ ਸਚਿਆਦ ਤੋਂ ਐਸਾ ਲਾਲ ਆਇਆ ਗੁਰ ਆਮਨਾ ਦੀ ਜੋਰੀ ਹੋਏ ਸਦਕੇ ਗੌਹਰਬਾਰ ਤੋਂ ਅਸਰ ਗੁਲਸ਼ਨ ਜਹਾਨ ਦਾ ਵਾਰ ਦੇਵਾ پاک نبی ਦੇ پاک ਗੁਲਜ਼ਾਰ ਤੋਂ ਸੁਭਾਨ ਅੱਲਾ ਸੁਭਾਨ ਇਹ ਤੇ ਜੀ ਸਾਰੀ ਦੁਨੀਆਂ ਦੇ ਰੁੱਖਾਂ ਦੀਆਂ ਕਲਮਾਂ ਬਣਾਈਆਂ ਜਾਂ ਸਾਰੇ ਸਮੁੰਦਰਾਂ ਦੀ ਸਿਆਹੀ ਬਣਾਈ ਜਾਏ ਤੇ ਅੱਲਾਹ پاک ਦੀ ਹਮਦ ਮੁਕਮਲ ਨਹੀਂ ਹੁੰਦੀ ਔਰ ਹਜ਼ੂਰ پاک ਸੱਲੱਲਾਹੁ ਅਲੈਹਿ ਵਸੱਲਮ ਦੀ ਨਾਦ ਜਿਹੜੀ ਹੈ ਹੀ ਮੁਕਮਲ ਨਹੀਂ ਲਿਖ ਸਕਦੇ ਸਾਡੀਆਂ ਜ਼ਿੰਦਗੀਆਂ ਬੜੀਆਂ ਮੁਸਤਸਰ ਨੇ ਕਿੰਨੀਆਂ ਕੋ ਨਾਟਾਂ ਲਿਖਾਂਗੇ ਕਿੰਨੀਆਂ ਕੋ ਪੜਾਂਗੇ ਆਉਣ ਵਾਲੇ ਵਕਤ ਵਿੱਚ ਹੋਰ ਫਿਰ ਅੱਲਾਹ ਤਾਲਾ ਨਾਟਖਾਂ ਪੈਦਾ ਕਰ ਦਿੰਦਾ ਹੈ ਨਾਟ ਕੋ ਪੈਦਾ ਹੋ ਜਾਂਦੇ ਨੇ ਆ ਮੇਰੀ ਇਹ ਕਿਤਾਬ ਹੈਗੀ ਹੈ ਗੁਲਸਤਾਨ-ਏ-ਅੰਬੀਆ 12 ਕੁ 100 ਸਫੇ ਦੀ ਏ ਤੇ ਉਹਦੇ ਉੱਤੇ ਮਾਸ਼ਾਅੱਲਾ ਐਮ ਐਫਲ ਵੀ ਹੋ ਗਿਆ ਹੈ ਯੂਨੀਵਰਸਿਟੀ ਗਈ ਤੇ ਉਹਦੇ ਵਿੱਚੋਂ 2-4 ਸ਼ੇਰ ਨੇ ਕਿ ਜਿਹਦੇ ਆਉਣ ਦੀ ਆਸ ਚ ਰੁਕਣੀ ਸੀ ਇਹ ਦੇ ਆਉਣ ਦੀ ਆਖਰ ਰੋਕਣੀ ਸੀ ਸਾਰੇ ਨਬੀਆਂ ਨੂੰ ਇੰਤਜ਼ਾਰ ਆਏ ਅੱਜ ਆਪ ਉਹ ਸਰਕਾਰ ਆਏ ਸੁਭਾਨ ਸੁਭਾਨ ਵਾਹ ਵਾਹ ਸ਼ੇਰ ਇਹ ਕਹੇ ਕਿ ਤੋਬਾ ਆਦਮ ਦੀ ਹੋਈ ਕਬੂਲ ਜਿਸ ਥੀ ਤੋਬਾ ਆਦਮ ਦੀ ਹੋਈ ਕਬੂਲ ਜਿਸ ਥੀ ਸ਼ਾਫੇ ਉਮਮਤ ਦੇ ਗਮ ਘਸਾਰ ਆਏ ਅੱਜ ਉਹ ਹੀ ਆਪ ਸਰਕਾਰ ਆਏ ਕਾਇਨਾਤ ਹੀ ਪਹਿਲਾ ਨੂਰ ਜਿਸ ਦਾ ਕੁਤਬ ਤਾਰੇ ਦੇ ਦਿੰਦਾ ਚਮਕਾਰ ਆਏ ਅੱਜ ਆਪ ਉਹ ਸਰਕਾਰ ਆਏ ਆ ਸੁਭਾਨ ਸੁਭਾਨ ਅੱਜ ਇਸ ਦੀ ਖਾਤਰ ਬਣੀ ਕਾਇਨਾਤ ਸਾਰੀ ਸਭਨਾ ਚਮਨਾ ਦੀ ਬਣ ਕੇ ਬਹਾਰ ਆਏ ਅੱਜ ਆਪ ਉਹ ਸਰਕਾਰ ਆਏ ਸੁਭਾਨ ਇੱਕ ਲੱਖ ਤੇ ਕਈ ਹਜ਼ਾਰ ਵਿੱਚੋਂ ਲੈ ਕੇ ਉੱਚਾ ਸ਼ਾਨ ਵਕਾਰ ਆਏ ਅੱਜ ਉਹ ਆਪ ਸਰਕਾਰ ਆਏ ਆਸ਼ਰੇ ਹੈ ਕਿਤਾਬਾਂ ਦੇ ਵਿੱਚ ਆਪ ਦਾ ਜ਼ਿਕਰ ਆਇਆ ਤੁਰੈਤ ਵਿੱਚ ਅੰਜੀਲ ਵਿੱਚ ਜ਼ਬੂਰ ਵਿੱਚ ਕਿ ਸਰਕਾਰਾਂ ਆਖਰੀ ਨਬੀ ਤਸ਼ਰੀਫ ਲਿਆਉਣਗੇ ਤੇ ਉਹ ਉਸ حوالے ਨਾਲ ਇਹ ਕਿ ਵਿੱਚ ਤੁਰੈ ਤੰਜੀਲ ਬਿਸ਼ਾਰਤਾ ਸਨ ਵਿੱਚ ਤੁਰੈ ਤੰਜੀਲ ਬਿਸ਼ਾਰਤਾ ਸਨ موسی ਈਸਾ ਜਿਸ ਦੇ ਤਲਵਗਾਰ ਆਏ ਅੱਜ ਆਪ ਉਹ ਸਰਕਾਰ ਆਏ ਆ ਇੱਕ ਹੋਰ ਸ਼ੇਰ ਪੇਸ਼ ਕਰਕੇ ਇਜਾਜ਼ਤ ਚਾਹਨਾ ਕਿ ਭਾਗ ਜਾਗੇ ਫਰਾਨ ਦੀਆਂ ਚੋਟੀਆਂ ਦੇ ਭਾਗ ਜਾਗੇ ਫਰਾਨ ਦੀਆਂ ਚੋਟੀਆਂ ਦੇ ਮੱਕੇ ਸ਼ਹਿਰ ਵਿੱਚ ਜਲਵੇ ਚਮਕਾਰ ਆਏ ਅੱਜ ਆਪ ਉਹ ਸਰਕਾਰ ਆਏ ਫਰਾਨ ਦੀਆਂ ਚੋਟੀਆਂ ਜਿਹੜਾ ਮਕੇ شریف ਦੇ ਖਾਨੇ ਕਾਬਿਲ ਦੇ ਸਾਹਮਣੇ ਪਹਾੜ ਹੈ ਉਹਦਾ ਨਾਮ ਫਰਾਨ ਹੈ ਉਹਨੂੰ ਭਾਗ ਲੱਗ ਗਏ ਕਰ ਅਬਦੁੱਲਾ ਦੇ ਦੁਰੇ ਯਤੀਮ ਆਏ ਅਮਾ ਆਮਨਾ ਦੇ ਮਨ ਠਾਰ ਆਏ ਅੱਜ ਆਪ ਉਹ ਸਰਕਾਰ ਆਏ ਕਰ ਹਲੀਮਾ ਦੇ ਰਹਿ ਸਰਕਾਰ ਜਾ ਕੇ ਇੱਜੜ ਚਾਰ ਕੇ ਬਖਤ ਸਵਾਰ ਆਏ ਇੱਜੜ ਚਾਰ ਕੇ ਬਹੱਤੇ ਸਵਾਰ ਆਏ ਅੱਜ ਆਪ ਉਹ ਸਰਕਾਰ ਆਏ ਦਰਸ ਦਿੱਤਾ ਤੌਹੀਦ ਦਾ జగ ਤਾਈ ਸੁਭਾਨ ਸੁਭਾਨ ਦਰਸ ਦਿੱਤਾ ਤੌਹੀਦ ਦਾ జగ ਤਾਈ ਆਪਣੀ ਨਬੂਵਤ ਦਾ ਕਰਨ ਅਜ਼ਹਾਰ ਆਏ ਅੱਜ ਆਪ ਉਹ ਸਰਕਾਰ ਆਏ ਬੇ ਆਸਾਂ ਦੀਆਂ ਪੂਰੀਆਂ ਹੋਈਆਂ ਆਸਾਂ ਬੇ ਆਸਾਂ ਦੀਆਂ ਪੂਰੀਆਂ ਹੋਈਆਂ ਆਸਾਂ ਬੇੜੇ ਉਮਮਨ ਦੇ ਕਰਨ ਲਈ ਪਾਰ ਆਏ ਅੱਜ ਆਪ ਉਹ ਸਰਕਾਰ ਆਏ ਹਕ ਦਾਰਾਂ ਨੂੰ ਹਕ ਨਸੀਬ ਹੋਏ ਮਾੜੇ ਗੁਰਬੇ ਨਾਲ ਕਰਨ ਪਿਆਰ ਆਏ ਅੱਜ ਆਪ ਉਹ ਸਰਕਾਰ ਆਏ ਜਿਹਦੇ ਆਉਣ ਦੀ ਆਸ ਚ ਰੁਕਣੀ ਸੀ ਸਾਰੇ ਨਬੀਆਂ ਨੂੰ ਇੰਤਜ਼ਾਰ ਆਏ ਅੱਜ ਆਪ ਉਹ ਸਰਕਾਰ ਆਏ ਇਹ ਮਹਿਫਲੇ ਨਾਦ ਦੇ ਵਿੱਚ ਮੈਂ ਨਾਦ ਆਪਣੀ ਪੇਸ਼ ਕਰ ਰਿਹਾ ਹਾਂ ਔਰ ਪਲਾਕ ਦੇ ਅਹੀ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਇਹ ਬੜਾ ਖੂਬਸੂਰਤ ਸਟੂਡੀਓ ਹੈ ਜਿੱਦੇ ਵਿੱਚ ਸਾਨੂੰ ਬਿਠਾਇਆ ਗਿਆ। ਔਰ ਮੈਂ ਆਪਣੀ టీ ਡਾਕਟਰ ਸੁਗਰਾ ਸਰਵਦਾ ਆ ਵੀ ਮਸ਼ਕੂਰ ਹਾਂ ਕਿ ਉਹਨਾਂ ਨੇ ਸਾਨੂੰ ਪੜਨ ਦਾ ਮੌਕਾ ਦਿੱਤਾ। ਤੇ ਇਨਸ਼ਾਅੱਲਾ ਬੁਲਾਂਦੇ ਰਹਿਣਗੇ, ਹੀ ਆਉਂਦੇ ਰਹਿਣਾ ਕਰਾਂਗੇ, ਮਹਿਫਲਾਂ ਦੀਆਂ ਰੌਣਕਾਂ ਵਧਾਉਂਦੇ ਰਹਿਣਾ ਕਰਾਂਗੇ। ਅੱਲਾਹ ਤਾਲਾ ਇਹਨਾਂ ਨੂੰ ਆਵਾਜ਼ ਰੱਖੇ। ਔਰ ਜਨਾਬ ਇਹ ਜਿਹੜੇ ਆਰੋ ਪੱਟੀ ਸਾਹਿਬ, ਹਾਜੀ ਡਾਕਟਰ ਹਬੀਬੁੱਲਾ ਨਸਾਰ ਸਾਹਿਬ ਔਰ ਖਲਾਨ ਅਤਰ ਸਾਹਿਬ ਔਰ جناب ਮਲਕ ਮੁਹੰਮਦ ਅਨਵਰ ਅਰਾਹੀ ਸਾਹਿਬ ਜਿਹੜਾ ਕਲਾਮ ਪੜ੍ਹਿਆ ਹੈ ਇਹ ਇਨਸ਼ਾਅੱਲਾ ਮਕਬੂਲ ਹੋਵੇਗਾ